ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਕਰਦੇ ਭਾਈ ਕਮੇ ਪਾਸ ਤੋਂ ਪ੍ਰੀਮਾ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਐਕੋ ਭਾਈ ਕਰਦੇ ਆਉਂਦੇ, ਸਤਿ ਸ਼੍ਰੀ ਅਕਾਲ ਚਾਓ 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 ਆਉਂਦੇ, ਸਤਿ ਸ਼੍ਰੀ ਅਕਾਲ ਬਾਏ ਬਾਏ। ਹਾਂਜੀ ਮੇਰੇ ਮਿੱਤਰੋ ਜੀ, ਅੱਜ ਫਿਰ ਆਪਾਂ ਚੱਲੇ ਹਾਂ ਗੁਰਦੁਆਰੇ। ਅੱਜ ਉੱਥੇ ਸਾਡੀ ਨਗਰ ਕੀਰਤਨ ਆ, ਤੁਹਾਨੂੰ ਨਗਰ ਕੀਰਤਨ ਦਿਖਾਉਂਦੇ ਇਡਲੀ ਵਿੱਚ, ਅਤੇ ਤਿਆਰ ਰੈਡੀ ਸ਼ੇਡੀ ਹੋ ਗਿਆ ਵਾ, ਅਤੇ ਕੁੜਤੇ ਪਜਾਮੇ ਆਪਣੇ ਆਉਂਦੇ ਨੇ, ਕਿਉਂਕਿ ਹੁਣ ਤੁਹਾਨੂੰ ਪਤਾ ਢੇਡੀ ਬਾਹਰ ਨਿਕਲੇਗੀ ਆਪਣੀ ਛੋਟੀ ਜਿਹੀ। ਅਤੇ ਮੁੜ ਕੇ ਹੁਣ ਪਹਿਲਾਂ ਜਾਂਦਾ ਉੱਧਰ ਮੀਨਾ ਵੱਲ, ਉਹਨਾਂ ਨੂੰ ਉੱਥੋਂ ਪਿਕਅਪ ਕਰਨਾ ਵਾ, ਅਤੇ ਮੁੜ ਕੇ ਫਿਰ ਗੁਰਦੁਆਰੇ ਉੱਥੇ ਜਾ ਕੇ ਫਿਰ ਮੈਂ ਦੇਖਦਾ ਮੱਟੂ ਕੋਲ ਪੱਗ ਪੁੱਗ ਬਣਵਾਊਂਗਾ। ਤਾਂ ਹੁਣ ਮੈਂ ਫੋਟੋ ਖਿੱਚ ਕੇ ਭੇਜ ਦੂੰਗਾ ਉਹਨਾਂ ਨੂੰ, ਕਿਸ ਹਿਸਾਬ ਨਾਲ ਕੱਪੜੇ ਪਾਏ ਆ, ਅਤੇ ਉਸ ਹਿਸਾਬ ਨਾਲ ਰੰਗ ਰੁੰਗ ਲਏ ਹੋਗੇ ਨਾ। ਵੈਸੇ ਤਾਂ ਮੈਨੂੰ ਲੱਗਦਾ ਹੁਣ ਬਲੈਕ ਰੰਗ ਵਧੀਆ ਲੱਗਣਾ ਵਾ, ਜਾਂ ਆਹ ਸ਼ਰਟ ਰੰਗ ਦਾ, ਉਹਦੇ ਕੋਲ ਵੈਸੇ ਸਾਰੇ ਰੰਗ ਰੁੰਗ ਹੈਗੇ ਆ। ਪਰ ਫਿਰ ਵੀ ਉਹਨੂੰ ਮੈਂ ਫੋਟੋ ਭੇਜ ਦਿੰਦਾ ਕਿ ਮੈਂ ਤੁਰਨ ਲੱਗਾ ਵਾ, ਉਹੀ 1.5-2 ਘੰਟੇ ਤੱਕ ਪਹੁੰਚੂਗਾ। ਘੰਟਾ ਮੈਨੂੰ ਇੱਧਰ ਲੱਗ ਜਾਣਾ ਵਾ, ਮੰਮੀ ਹੁਣ ਵੱਲ ਜਾਂਦੇ ਨੂੰ 1.5 ਘੰਟਾ ਉੱਧਰ ਨੂੰ ਲੱਗ ਜਾਣਾ ਵਾ ਇਹਨਾਂ ਕੋਲ ਜਾਂਦਿਆਂ ਨੂੰ, ਅਤੇ ਫਿਰ ਆਪਾਂ ਚੱਲੀਏ ਹੁਣ ਥੱਲੇ ਨੂੰ। ਦੇਖੋ ਤਾਂ ਵੈਸੇ ਟੌਰ ਫੁੱਲ ਆ ਜਾਂ ਨਹੀਂ, ਬਾਕੀ ਹੁਣ ਪੱਗ ਪੁੱਗ ਬੰਨ ਲੈਣੀ ਆ, ਅਤੇ ਐਨਕਾਂ ਆਪਣੀਆਂ ਥੋੜ੍ਹਾ ਟਾਈਮ ਬਾਅਦ ਕਾਲੀਆਂ ਹੋ ਜਾਂਦੀਆਂ ਧੁੱਪੇ ਆ ਗਏ। ਅਤੇ ਆਪਾਂ ਲੱਸੀ ਚੱਕ ਲਈ ਆਪਣੀ, ਅੱਜ ਫਿਰ ਥੋੜ੍ਹੀ ਜਿਹੀ ਬਣਾ ਲਈ ਸੀ, ਅਤੇ ਕਿਉਂਕਿ ਗਰਮੀ ਆ। ਵੈਸੇ ਤਾਂ ਯਾਰ ਮੈਂ ਪਤਲੀ ਜੈਕਟ ਪਾਈ ਆ, ਬਾਕੀ ਬਹੁਤ ਸਾਰੇ ਡਿਪੈਂਡ ਆ, ਨਹੀਂ ਤਾਂ ਉਹਨਾਂ ਕੋਲ ਲੋਈ ਲੂਈ ਚੱਕ ਲਵਾਂਗੇ ਨਾ ਕਿਸੇ ਕੋਲ, ਨਹੀਂ ਤਾਂ ਆਪਣੀ ਕੀ ਕਹਿੰਦੇ ਆ ਜੈਕਟ ਜੁਕਟ ਹੋਰ ਕਿਸੇ ਕੋਲ ਭਾਰੀ ਲੈ ਲਵਾਂਗੇ। ਹੁਣ ਮੈਂ ਪਤਲੀ ਜਿਹੀ ਚੱਕੀ ਹੋਈ ਆ, ਮੈਂ ਕਿਹਾ ਹਾਲੇ ਤਾਂ ਮੌਸਮ ਸਹੀ ਆ, ਬਾਕੀ ਚੇਂਜ ਹੋ ਗਿਆ ਤਾਂ ਫਿਰ ਦੇਖਾਂਗੇ। ਬਾਕੀ ਹੁਣ ਫਿਰ ਮਿੱਤਰੋ ਆਪਣੀ ਮਿੱਠੂ ਹੋ ਗਈ ਆ ਰੈਡੀ, ਅਤੇ ਚਲੀਏ, ਅਤੇ ਬਾਕੀ ਫਿਰ ਆਪਾਂ ਉੱਥੇ ਜਾ ਕੇ ਮਿਲਦੇ ਹਾਂ, ਹੁਣ ਪੱਗ ਪੁੱਗ ਬਣਾਉਣੀ ਆ। ਮਿੱਤਰੋ ਇੱਦਾਂ ਹੀ ਨਹੀਂ, ਟਾਟਾ ਟਾਟਾ ਹੋਈ ਪਈ ਆ ਹੁਣ, ਉਹ ਦੇਖੋ ਕਿਹੜੀ ਗੱਡੀ ਜਾ ਰਹੀ ਆ, ਟਾਟਾ ਸਫਾਰੀ। ਡਾਲੀਆਂ ਝੋਟੇ ਵੀ ਸਫਾਰੀਆਂ ਰੱਖਦੇ, ਉਹ ਵੀ 4x4 ਆ, ਉਹ ਦੇਖੋ ਭਾਈ, ਦੇਖੋ ਬੱਲੇ ਤੇਰੇ, ਇਕਦਮ ਸੇਮ ਉੱਦਾਂ ਦੀ ਆ ਜਿੱਦਾਂ ਆਪਣੇ ਇੰਡੀਆ ਵਾ। ਨਹੀਂ ਤਾਂ ਕਈ ਗੱਡੀਆਂ ਵਿੱਚ ਨਾ ਥੋੜ੍ਹਾ ਬਹੁਤ ਚੇਂਜ ਹੈਗਾ ਵਾ, ਮਹਿੰਦਰਾ ਦੀ ਗੱਡੀਆਂ ਵਿੱਚ। ਇਹ ਦੇਖੋ ਬੁੱਢਾ ਅੰਕਲ ਚੱਕੀ ਫਿਰਦਾ, ਸਫਾਰੀ ਸਫਾਰੀ ਹੋਈ ਪਈ ਆ, ਪਿੱਛੇ ਪਤਾ ਨਹੀਂ ਕੀ ਕੀ ਲਾਇਆ ਹੋਇਆ ਅੰਕਲ ਨੇ। ਮੈਂ ਕਿਹਾ ਚਲੋ ਦਿਖਾਈਏ ਤੁਹਾਨੂੰ ਵੀ ਸਫਾਰੀਆਂ ਇੱਥੇ ਇਡਲੀ 'ਚ ਵੀ ਘੁੰਮ ਰਹੀਆਂ ਵਾ। ਬਾਈ ਮਾੜਾ ਘੁੰਮੇ ਯਾਰ, ਨਹੀਂ ਇਹਨੂੰ ਯਾਰ ਮੈਂ ਹੀ ਦੇਖ ਰਿਹਾ ਇਹਨੂੰ। ਇਧਰਲੇ ਪਾਸੇ ਚੱਕਣੀ ਵੀ ਆ ਮਾੜੀ ਗਈ, ਹੁਣ ਬਾਰੀ ਮੇਰੀ ਆ ਨਾ ਬਾਬੇ, ਆਟਾ ਪੱਗਾਂ ਵਾਲਾ ਮਟੂਨੇ ਦਾ ਰੰਗ ਲਾ ਦਿੱਤਾ ਸੀ ਭਰਾਵਾ, ਮੈਂ ਤਾਂ ਹੀ ਨੀ ਉੱਤੇ ਵਲੌਗ ਸ਼ੂਟ ਕੀਤਾ ਉਹਦਾ, ਨਹੀਂ ਤਾਂ ਇਹਨੇ ਰੰਗ ਲਾ ਦਿੱਤਾ ਸੀ। ਨਹੀਂ ਬਾਬੇ ਚਾਬੀ ਕਿੱਥੇ ਆ, ਸਾਡੇ ਕਿਤੇ ਗੱਡੀ ਚ ਨੀ ਰੱਖੀ ਸਾਡੀ, ਦੇਖੋ ਦੇਖੋ ਤਾਂ ਕਿੱਦਾਂ ਦੀ ਲੱਗੀ ਤੁਹਾਨੂੰ ਪੱਗ। ਮੈਨੂੰ ਤਾਂ ਇੰਨੀ ਵਧੀਆ ਨਹੀਂ ਲੱਗੀ ਆ, ਕਿਉਂਕਿ ਕਾਫੀ ਟਾਈਮ ਬਾਅਦ ਬਣਾਈ ਆ ਸ਼ਾਇਦ ਤਾਂ ਕਰਕੇ।
ਇਧਰ ਭਾਜੀ ਹੋਣੀ ਫੋਟੋ ਸ਼ੂਟ ਲਾ ਗਏ ਬ੍ਰੋ ਬੁੱਕਰ ਜੀ ਮਾਰੇ ਤਾਂ ਕਿ ਕੋਈ ਨਹੀਂ ਕੈਮਰਾ ਦੇਖਣਾ ਜਿੱਧਰ ਮਰਜੀ ਭਾਈ ਐਨਕਾ ਲਾ ਯਾਰ ਹਾਂ ਪਖਰਾ ਹੋ ਜਾਣੀ ਨਹੀਂ ਤਾਂ ਮੈਂ ਆਹ ਲਾ ਲਾ ਮੜੀ ਕਿਆ ਕਾਲੀਆਂ ਹੋ ਜਾਣੀਆਂ ब्लर ना कर यार तू पोर्ट्रेट च खेड़दा मटुआ मैं मेरा नु कम जोड़ा पूरा शरीर घुमाना रोटेट कर मूड शरीर घुमाला मड़ा जा हां पहले करना बड़े करी तेरे मैं आप ही खेल जा टांग और फूल सेट है करी करना अपने मैं आप ही खेल दे वैसे यार ये काम शोभा नहीं देंदे यार तन्नू सही गल मैं तां ही नहीं जा रहे शोभा नहीं देंदे यार स्माइल रख लंबी है प्री वेडिंग शूट होता ना और ये फोटो देख लो फैंस बहुत आए देखने मथे ते चुम्मी ले ला हुण इहदी ਮਿੱਤਰੋ ਗੁਰਦੁਆਰੇ ਉੱਤੇ ਸਮਾਪਤੀ ਹੋ ਗਈ ਸੀ ਤਾਂ ਇੱਧਰ ਹੁਣ ਆ ਕੇ ਮੰਮੀ ਉਹਨਾਂ ਨੂੰ ਵੀ ਛੱਡਿਆ ਦਾ ਘਰ ਅਤੇ ਹੁਣ ਵਾਪਸ ਵੀ ਆਪਣੇ ਘਰ ਨੂੰ ਜਾ ਰਿਹਾ ਵਾ ਥੱਕ ਹੋ ਗਿਆ ਅੱਜ ਤਾਂ ਮਤਲਬ ਇੰਨੀ ਧੁੱਪ ਇੰਨੀ ਗਰਮੀ ਸੀ ਨਾ ਦਿਮਾਗ ਇਕਦਮ ਸਾਨੂੰ ਖੁਸ਼ਕ ਸਭ ਕੁਛ ਹੀ ਹੋਇਆ ਸੀ ਥਕਾਵਟ ਜੀ ਕਾਫੀ ਹੋ ਗਈ ਆ ਅਤੇ ਹੁਣ ਇੱਥੇ ਪੜਕ ਲੱਗਾ ਹੋਇਆ ਵਾ ਉਹ ਜਾ ਰਹੀ ਆ ਟ੍ਰੇਨ ਚਲੀਏ ਘਰ ਨੂੰ ਹੁਣ ਟਾਈਮ ਹੋਇਆ ਵਾ 5:13 ਉਹੀ ਮਤਲਬ 6:30 ਪਹੁੰਚ ਜਾਣਾ ਘਰ ਆਰਾਮ ਨਾਲ ਹੌਲੀ ਹੌਲੀ ਬੰਦਾ ਜਾਊਂਗਾ ਤਾਂ ਜੇ ਤੇਜ਼ ਜਾਣਾ ਵਾ ਤਾਂ 6:00 ਪਹੁੰਚ ਸਕਦੇ ਹਾਂ ਪਰ ਆਪਾਂ ਹੌਲੀ ਹੌਲੀ ਜਾਣਾ ਵਾ ਥਕਾਵਟ ਬਹੁਤ ਹੋਈ ਆ ਨੀਂਦ ਬਹੁਤ ਆਈ ਹੋਈ ਆ ਅਤੇ ਮਿੱਤਰੋ ਅੱਜ ਦਾ ਵਲੌਗ ਇੱਦਾਂ ਦਾ ਆਈ ਸੀ ਮਾੜਾ ਗਾ ਕਿ ਚੰਗੀ ਤਰ੍ਹਾਂ ਇੰਨਾ ਸ਼ੂਟ ਨਹੀਂ ਹੋਇਆ ਅਤੇ ਬਾਕੀ ਫਿਰ ਆਪਾਂ ਨੈਕਸਟ ਵਲੌਗ 'ਚ ਮਿਲਦੇ ਹਾਂ ਜੀ ਚੰਗਾ ਜੀ